ਹਾਂਜੀ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ। ਹਰ ਰੋਜ਼ ਦੀ ਤਰ੍ਹਾਂ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਛੋਟੇ ਵੱਡੇ ਦੇ ਕੁਝ ਖਾਸ ਅਪਡੇਟਸ ਕਵਰ ਕਰਾਂਗੇ। ਗੁਲਾਬ ਸਿੱਧੂ ਦਾ ਅੰਬੜਾਂਗੇ ਪੰਜਾਬ ਗਾਣਾ ਰਿਲੀਜ਼ ਹੋ ਚੁੱਕਿਆ ਹੈ। ਜੋਰਡਨ ਸਿੱਧੂ ਦਾ ਵੀ ਮਾਇੰਡ ਮੈਪ ਗਾਣਾ ਰਿਲੀਜ਼ ਹੋ ਚੁੱਕਿਆ ਹੈ। ਨਿਰਵੈਰ ਪੰਨੂ ਦਾ ਨਵਾਂ ਗਾਣਾ ਛੇਤੀ ਹੀ ਦੇਖਣ ਨੂੰ ਮਿਲੇਗਾ। ਨਾਲ ਹੀ ਸਿਕੰਦਰ ਕਾਹਲੋਂ ਦੀ ਨਵੀਂ ਐਲਬਮ AMD ਦਾ ਪੋਸਟਰ ਸ਼ੇਅਰ ਕਰ ਦਿੱਤਾ ਗਿਆ। 10 ਗਾਣਿਆਂ ਦੀ ਇਹ ਐਲਬਮ 13 ਜਨਵਰੀ ਨੂੰ ਰਿਲੀਜ਼ ਹੋਏਗੀ। ਇਹਦੇ ਨਾਲ ਹੀ ਦੋਸਤੋ, ਵਾਰਨਿੰਗ 2 ਦਾ ਟ੍ਰੇਲਰ ਕੱਲ੍ਹ ਨੂੰ ਰਿਲੀਜ਼ ਕੀਤਾ ਜਾਏਗਾ। ਮੂਵੀ ਰਿਲੀਜ਼ ਕੀਤੀ ਜਾਏਗੀ 2 ਫਰਵਰੀ ਨੂੰ। ਇਸਦੇ ਨਾਲ ਹੀ ਇਸ ਮੂਵੀ ਦੇ ਵਿੱਚੋਂ 4 ਟਰੈਕ ਰਿਲੀਜ਼ ਕਰ ਦਿੱਤਾ ਗਿਆ ਹੈ ਹੈਪੀ ਰਾਏਕੋਟੀ ਹੋਣਾ ਦੀ ਆਵਾਜ਼ ਦੇ ਵਿੱਚ। ਕਾਕੇ ਦੀ ਦੋਸਤੋ ਐਲਬਮ ਪਰ ਰਿਲੀਜ਼ ਹੋਏਗੀ। ਬਿੱਲੂ ਕਹਿੰਦੀ ਟਾਈਟਲ ਦੇ ਨਾਲ ਪੋਸਟਰ ਸ਼ੇਅਰ ਕੀਤਾ ਗਿਆ। 4 ਗਾਣੇ ਹੋਣਗੇ ਅਤੇ 17 ਜਨਵਰੀ ਨੂੰ ਇਹ ਐਲਬਮ ਪਰ ਰਿਲੀਜ਼ ਕੀਤੀ ਜਾਏਗੀ। ਇਸਦੇ ਨਾਲ ਹੀ ਦੋਸਤੋ, ਅੱਗੇ ਵੱਧਦੇ ਗੱਲਬਾਤ ਰੂਪ ਭੁੱਲਰ ਦੀ ਕਰ ਲੈਂਦੇ ਹਾਂ। ਰੂਪ ਭੁੱਲਰ ਅਤੇ ਵਾਜ਼ੀਰ ਪਾਤਰ ਦੇ ਗਾਣੇ ਸੀਮਾ ਹੀ ਹਾਈਪ ਦਾ ਪੋਸਟਰ ਸ਼ੇਅਰ ਕੀਤਾ ਗਿਆ। ਇਹ ਗਾਣਾ 14 ਜਨਵਰੀ ਨੂੰ ਰਿਲੀਜ਼ ਕੀਤਾ ਜਾਏਗਾ। ਨਾਲ ਹੀ ਦੋਸਤੋ, ਪ੍ਰੇਮ ਢਿੱਲੋਂ ਦੀ EP ਰਿਲੀਜ਼ ਹੋ ਚੁੱਕੀ ਹੈ 3 ਗਾਣਿਆਂ ਦੀ, ਸਟੋਲਨ ਡ੍ਰੀਮਸ ਟਾਈਟਲ ਦੇ ਨਾਲ। ਨਾਲ ਹੀ ਇਸ EP ਦੇ ਵਿੱਚ ਇੱਕ ਗਾਣੇ ਦੀ ਵੀਡੀਓ ਵੀ ਰਿਲੀਜ਼ ਹੋ ਚੁੱਕੀ ਹੈ। ਜਸ਼ਨ ਬਰਾੜ ਦਾ ਨਵਾਂ ਗਾਣਾ ਨਿਊਜ਼ ਟਾਈਟਲ ਦੇ ਨਾਲ ਅਗਲੇ ਹਫ਼ਤੇ ਰਿਲੀਜ਼ ਕੀਤਾ ਜਾਏਗਾ। ਅੱਗੇ ਵੱਧ ਦੋਸਤੋ ਅਤੇ ਗੱਲਬਾਤ ਆਪਾਂ ਸ਼ੁਭ ਦੀ ਕਰ ਲੈਂਦੇ ਹਾਂ। ਲੀਓ EP ਰਿਲੀਜ਼ ਕੀਤੀ ਗਈ ਹੈ। ਸੋ ਦੋਸਤੋ, ਲੀਓ EP ਦੇ ਵਿੱਚੋਂ ਸੇਫਟੀ ਆਫ ਗਾਣੇ ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ। ਇਸਦੇ ਨਾਲ ਹੀ ਦੋਸਤੋ, ਜਾਣਕਾਰੀ ਲਈ ਦੱਸ ਦਈਏ ਕਿ ਇੰਡੀਆ ਦੇ ਵਿੱਚ ਐਪਲ ਮਿਊਜ਼ਿਕ ਚਾਰਟ ਦੇ ਉੱਤੇ Top 10 ਗਾਣਿਆਂ ਦੇ ਵਿੱਚੋਂ 3 ਗਾਣੇ ਇਸ ਸਮੇਂ ਸ਼ੁਭ ਦੀ ਲੀਓ EP ਦੇ ਬਣੇ ਹੋਏ ਹਨ। ਕਿਤੇ ਨਾ ਕਿਤੇ ਕਾਫ਼ੀ ਵੱਡੀ ਗੱਲ ਹੈ। ਇਸ ਦੇ ਨਾਲ ਹੀ ਦੋਸਤੋ, ਕਰਨ ਔਜਲੇ ਦੇ ਬਰਥਡੇ ਦੇ ਉੱਤੇ ਉਹਨਾਂ ਦਾ ਨਵਾਂ ਪ੍ਰੋਜੈਕਟ ਰਿਲੀਜ਼ ਕੀਤਾ ਜਾਏਗਾ 100 ਮਿਲੀਅਨ ਟਾਈਟਲ ਦੇ ਨਾਲ। ਸੋ ਦੋਸਤੋ, ਗਾਣੇ ਦਾ ਓਫੀਸ਼ੀਅਲੀ ਪੋਸਟਰ ਜਿਹੜਾ ਉਹ ਸ਼ੇਅਰ ਕਰ ਦਿੱਤਾ ਗਿਆ ਹੈ। ਕਰਨ ਔਜਲੇ ਦੇ ਨਾਲ ਇਸ ਗਾਣੇ ਦੇ ਵਿੱਚ ਫੀਚਰ ਕੀਤਾ ਗਿਆ ਹੈ ਡਿਵਾਈਨ ਦੇ ਵੱਲੋਂ ਕਾਫ਼ੀ ਗਾਣੇ ਕਰਨ ਔਜਲੇ ਦੇ ਨਾਲ ਬਣਾਏ ਗਏ ਹਨ। ਇਸ ਨਾਲ ਹੀ ਦੋਸਤੋ, ਗੱਲਬਾਤ ਕਰ ਲੈਂਦੇ ਹਾਂ ਆਪਾਂ ਬਾਈ ਸਿੱਧੂ ਮੂਸੇ ਵਾਲੇ ਬਾਈ ਦੇ ਬਾਰੇ। ਜਾਣਕਾਰੀ ਦੱਸ ਦਈਏ, ਦ ਕਿਡ ਹੁਣਾਂ ਦਾ ਪ੍ਰੋਜੈਕਟ ਰਿਲੀਜ਼ ਹੋਏਗਾ ਓਕੇ ਟਾਈਟਲ ਦੇ ਨਾਲ। ਸਿੱਧੂ ਮੂਸੇ ਵਾਲੇ ਬਾਈ ਦੇ ਨਾਲ ਜੁੜੇ ਹੋਏ ਇੱਕ ਫੈਨ ਪੇਜ ਦੇ ਵੱਲੋਂ ਇੱਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਗਈ ਸੀ ਗਾਣੇ ਨੂੰ ਲੈ ਕੇ, ਜਿਸ ਦੇ ਵਿੱਚ ਬਾਈ ਸਿੱਧੂ ਨੂੰ ਵੀ ਅਟੈਕ ਕੀਤਾ ਸੀ ਅਤੇ ਉਸਨੂੰ ਦੋਸਤੋ ਦ ਕਿਡ ਵੱਲੋਂ ਆਪਣੇ ਇੰਸਟਾਗ੍ਰਾਮ ਦੇ ਉੱਤੇ ਰੀਸ਼ੇਅਰ ਕੀਤਾ ਗਿਆ ਹੈ ਅਤੇ ਜਿਸ ਦੇ ਵਿੱਚ ਸਿੱਧੂ ਨੂੰ ਮੈਂਸ਼ਨ ਕੀਤਾ ਹੋਇਆ ਹੈ। ਕਿਤੇ ਨਾ ਕਿਤੇ ਦੋਸਤੋ, ਉਮੀਦ ਕੀਤੀ ਜਾ ਰਹੀ ਹੈ ਕਿ ਦ ਕਿਡ ਹੁਣਾਂ ਦੇ ਇਸ ਪ੍ਰੋਜੈਕਟ ਦੇ ਵਿੱਚ ਕਿਤੇ ਨਾ ਕਿਤੇ ਸਿੱਧੂ ਮੂਸੇਵਾਲ ਦੀ ਗੱਲਬਾਤ ਵੀ ਹੋਏਗੀ ਜਾਂ ਹੋ ਸਕਦਾ ਹੈ ਕਿ ਉਹਨਾਂ ਦਾ ਜ਼ਿਕਰ ਇਸ ਗਾਣੇ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜਾਵੇ। ਬਾਕੀ ਦੋਸਤੋ, ਤੁਹਾਨੂੰ ਕੀ ਲੱਗਦਾ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਮਿਊਜ਼ਿਕ ਇੰਡਸਟਰੀ ਦੀਆਂ ਹੋਰ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।